ਡਿੰਪਲ ਜੀ ਤੁਸੀਂ ਮੇਰੀ ਮਾਂ ਦੇ ਨਾਲ ਇਸ ਤਰੀਕੇ ਨਾਲ ਗੱਲ ਨਹੀਂ ਕਰ ਸਕਦੇ ਤੁਸੀਂ ਸ਼ਾਇਦ ਭੁੱਲ ਰਹੇ ਹੋ ਕਿ ਮੇਰੀ ਮਾਂ ਤੁਹਾਡੇ ਤੋਂ ਉਮਰ ਤੋਂ ਬਹੁਤ ਵੱਡੀ ਹੈ ਤੇ ਉੱਤੋਂ ਵੀ ਵੱਡੀ ਗੱਲ ਤੁਹਾਡੀ ਵੱਡੀ ਭੈਣ ਦੀ ਸੱਸ ਹੈ ਤੇ ਸਾਡੇ ਘਰ ਦੇ ਵਿੱਚ ਨਾ ਇੱਕ ਸਿਸਟਮ ਹੈ ਉਹ ਸਿਸਟਮ ਮੇਰੀ ਮਾਂ ਦੇ ਤਰੀਕੇ ਨਾਲ ਚੱਲਦਾ ਹੈ ਤੇ ਕੋਈ ਉਹਨਾਂ ਨੂੰ ਪਲਟ ਕੇ ਜਵਾਬ ਨਹੀਂ ਦੇ ਸਕਦਾ ਆ ਐਡਾ ਵੱਡਾ ਘਰ ਐਡਾ ਵੱਡਾ ਬਿਜ਼ਨਸ ਹੈ ਇਹ ਸਭ ਕੁਝ ਮੇਰੀ ਮਾਂ ਦੀ ਬਦੌਲਤ ਹੈ ਤੇ ਸਾਡੇ ਘਰ ਦੇ ਵਿੱਚ ਕੁੜੀਆਂ ਨੂੰ ਜਿੰਨੀ ਖੁੱਲ ਚਾਹੀਦੀ ਹੈ ਨਾ ਉਹ ਨਹੀਂ ਮਿਲਦੀ ਹੈ ਲੇਕਿਨ ਬਾਹਰ ਜਾਣ ਦੀ ਇਜਾਜ਼ਤ ਨਾ ਤੇ ਮਿਲੀ ਹੈ ਤੇ ਨਾ ਹੀ ਮਿਲੇਗੀ ਇਸ ਗੱਲ ਤੋਂ ਤੁਸੀਂ ਬਹੁਤ ਤਰੀਕੇ ਨਾਲ ਜਾਣੂ ਹੋ ਕਿ ਬਾਹਰ ਕੁੜੀਆਂ ਦੀ ਕਿੰਨੀ ਸੁਰੱਖਿਆ ਹੈ ਤੇ ਇਸ ਲਈ ਸ਼ਾਇਦ ਕੰਮ ਕਰਨ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਹਾਲਾਂਕਿ ਦੁਨੀਆ ਨੂੰ ਬਦਲਣ ਦੀਆਂ ਗੱਲਾਂ ਤਾਂ ਬਹੁਤ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂ ਵੀ ਲੇਕਿਨ ਸਾਡੇ ਘਰ ਦੀਆਂ ਕੁੜੀਆਂ ਸੁਰੱਖਿਅਤ ਰਹਿਣ ਇਹ ਸਾਡੀ ਆਪਣੀ ਜ਼ਿੰਮੇਵਾਰੀ ਹੈ ਤੇ ਤੁਹਾਨੂੰ ਇੱਕ હાથ ਜੋੜ ਕੇ ਬੇਨਤੀ ਕਿ ਸਾਡੇ ਘਰ ਦੇ ਵਿੱਚ ਕੋਈ ਵੀ ਕਲੇਸ਼ ਨਾ ਪਾਓ ਕੋਈ ਵੀ ਬਖੀੜਾ ਨਾ ਖੜਾ ਕਰੋ ਤੇ ਅਸੀ ਕੁੜੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਕਿਉਂ ਨਹੀਂ ਦਿੰਦੇ ਇਹ ਗੱਲ ਤੁਹਾਨੂੰ ਸਮਾਂ ਆਉਣ ਤੇ ਦੱਸ ਦਿੱਤੀ ਜਾਵੇਗੀ ਤੁਹਾਡੇ ਨਾਲ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਜਾ ਸਕਦੇ ਹੋ